ਪਿਛਲੇ ਦਿਨੀ ਲੁਧਿਆਣਾ ਵਿੱਚ 13-14 ਅਗਸਤ ਦੀ ਦਰਮਿਆਨੀ ਰਾਤ ਨੂੰ ਇੱਕ ਬਸੰਤ ਐਵਨਿਊ ਏਰੀਆ ਵਿੱਚ ਬਿਕਰਮ ਦੱਤਾ ਕਲੋਨੀ ਉੱਤੇ ਇੱਕ ਫਾਰਮ ਹਾਊਸ 'ਤੇ ਨਾਜਾਇਜ਼ ਜੂਆ ਖਿਡਾਉਣ ਦਾ ਧੰਦਾ ਕੀਤਾ ਜਾ ਰਿਹਾ ਸੀ, ਜਿਸ ਵਿੱਚ ਕੁਝ ਚੁਆਰੀ ਆ ਕੇ ਉੱਥੇ ਜੂਆ ਖੇਡ ਰਹੇ ਸੀ ਔਰ ਕੁਛ ਬੰਦਿਆਂ ਵੱਲੋਂ ਜੂਆ ਖਿਡਾਇਆ ਜਾ ਰਿਹਾ ਸੀਗਾ, ਅਤੇ ਜਿਨ੍ਹਾਂ ਦੇ ਖਿਲਾਫ ਇਤਲਾਹ ਮਿਲਣ 'ਤੇ ਇੱਕ ਮੁਕੱਦਮਾ ਨੰਬਰ 114 ਗੈਂਬਲਿੰਗ ਐਕਟ ਔਰ ਹੋਰ ਰੈਲੀਵੈਂਟ ਸੈਕਸ਼ਨਸ ਇਹਨਾਂ ਰਜਿਸਟਰ ਕਰਕੇ ਉਹਦੇ ਵਿੱਚ 4 ਦੋਸ਼ੀ ਜਿਹੜੇ ਮੇਨ ਪ੍ਰੋਮੀਨੈਂਟ ਜਿਹੜੇ ਉੱਥੇ ਜੂਆ ਔਰਗਨਾਈਜ਼ ਕਰਵਾ ਰਹੇ ਸੀਗੇ, ਗੈਂਬਲਿੰਗ ਡੈਨ ਬਣਾਈ ਹੋਈ ਸੀ, ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀਗਾ ਜਿਹਨਾਂ ਨੇ ਉਹਨਾਂ ਦਾ। ਇੱਕ ਬਾਅਦ ਵਿੱਚ ਇਹ ਗੱਲ ਸਾਹਮਣੇ ਆਈ ਕਿ ਜਦੋਂ ਉੱਥੇ ਜੂਆ ਕਰਵਾਇਆ ਜਾ ਰਿਹਾ ਸੀ ਤਾਂ ਉਸੇ ਰਾਤ ਕੋਈ 14-15 ਬੰਦਿਆਂ ਨੇ ਕ੍ਰਿਮੀਨਲਸ ਨੇ ਰਲ ਕੇ ਉੱਥੇ ਹਥਿਆਰਬੰਦ ਹੋ ਕੇ ਵੈਪਨ ਆਮ ਲੈ ਕੇ ਮਸਾਲਾ ਆਪਣੇ ਪਿਸਟਲ ਵਗੈਰਾ ਲੈ ਕੇ ਦਾਂਤ ਲੈ ਕੇ ਉੱਥੇ ਅਟੈਕ ਕਰ ਦਿੱਤਾ ਸੀ ਔਰ ਉੱਥੋਂ ਉਹ ਲੁੱਟ ਕੇ ਲੈ ਗਏ ਸੀ, ਜਿਹਦੇ ਵਿੱਚ ਕਰੀਬ 14.5 ਲੱਖ ਦੀ ਰਾਸ਼ੀ ਉਹਨਾਂ ਜਵਾਰੀਆਂ ਪਾਸੋਂ, ਉਹਨਾਂ ਦੇ ਸੋਨੇ ਦੀ ਚੇਨ ਔਰ ਉਹਨਾਂ ਦੇ ਮੁੰਡੀਆਂ ਰਿੰਗਸ ਵਗੈਰਾ ਉੱਥੋਂ ਲੁੱਟ ਕੇ ਲੈ ਗਏ ਸੀ, ਡਾਕਾ ਮਾਰ ਕੇ ਲੈ ਗਏ ਸੀ। ਔਰ ਇਹ ਇਤਲਾਹ ਇਹਨਾਂ ਬੰਦਿਆਂ ਨੇ ਸਿਰਫ ਡਰ ਦੇ ਮਾਰੇ ਪੁਲਿਸ ਨੂੰ ਨਹੀਂ ਦਿੱਤੀ ਕਿ ਕੋਈ ਸਾਡੇ 'ਤੇ ਹੀ ਐਕਸ਼ਨ ਨਾ ਹੋਵੇ, ਜੋ ਕਿ ਫਿਰ ਬਾਅਦ ਬੜੇ ਭਰੋਸੇਯੋਗ ਸੂਤਰਾਂ ਤੋਂ ਪੁਲਿਸ ਪਾਰਟੀ ਨੂੰ ਜਦੋਂ ਇਤਲਾਹ ਮਿਲੀ ਅਤੇ ਉਹਨਾਂ ਬੰਦਿਆਂ ਦੇ ਖਿਲਾਫ਼ ਵੀ 120 ਨੰਬਰ ਮੁਕੱਦਮਾ ਰੈਲੀਵੈਂਟ ਡਾਕਾ ਮਾਰਨ ਦੀ ਸੈਕਸ਼ਨ ਦੇ ਅੰਦਰ ਰਜਿਸਟਰ ਕੀਤਾ ਗਿਆ ਸੀ। ਔਰ ਅੱਜ ਲੁਧਿਆਣਾ ਪੁਲਿਸ ਨੂੰ ਬੜੀ ਅਹਿਮ ਕਾਮਯਾਬੀ ਮਿਲੀ ਕਿ ਉਹਦੇ ਵਿੱਚੋਂ ਮੇਨ 2 ਦੋਸ਼ੀ ਜਿਨ੍ਹਾਂ ਦੇ ਵਿੱਚ ਇੱਕ ਮਨੂ ਝਾਂਗੀ ਕਰਕੇ ਜਾਣਿਆ ਜਾਂਦਾ ਵਿਵੇਕ ਕੁਮਾਰ ਅਤੇ ਉਹਦੇ ਨਾਲ ਇੱਕ ਹੋਰ ਸਾਹਿਲ ਕੰਡਾ ਕਰਕੇ ਉਹਨਾਂ ਦੋਸਤ ਨੂੰ ਅਰੈਸਟ ਕਰ ਲਿਆ ਗਿਆ। ਉਹਨਾਂ ਵਿੱਚੋਂ ਉਸ ਲੁੱਟ ਵਿੱਚੋਂ ਜੋ ਉੱਥੋਂ ਟੋਕਨ ਵਗੈਰਾ ਜਵਾਰੀਆਂ ਦੇ ਟੋਕਨ ਔਰ ਜੋ ਕੈਸ਼ ਕੁਛ ਰਿਕਵਰੀ ਹੋਈ ਹੈ। ਅਤੇ ਇਹਨਾਂ ਤੋਂ ਇਲਾਵਾ ਇੱਥੇ ਵਰਣਨਯੋਗ ਹੈ ਕਿ ਇਸੀ ਗੈਂਗ ਦੇ 3 ਮੈਂਬਰ ਜੋ ਕਿ ਡਾਕਾ ਮਾਰਨ ਦੀ ਤਿਆਰੀ ਕਰਦੇ ਹੋਏ ਫਤਿਹਗੜ੍ਹ ਏਰੀਆ 'ਚ ਉਸ ਸਾਈਡ ਗਏ ਹੋਏ ਸੀ, ਉੱਥੋਂ ਅਰੈਸਟ ਕਰ ਲਏ ਗਏ ਨੇ ਫਤਿਹਗੜ੍ਹ ਸਾਹਿਬ ਦੀ ਔਰ ਕੌਂਟਰਟੈਲੈਂਸ ਦੀ ਜੁਆਇੰਟ ਟੀਮ ਵੱਲੋਂ। ਇਹਨਾਂ ਦੇ ਵਿੱਚ ਮੇਨਲੀ 3 ਬੰਦਿਆਂ ਦੇ ਵਿੱਚ ਸੀ, ਇੱਕ ਮਨਦੀਪ ਮਾਨਾ, ਇੱਕ ਪੁਰਾਣਾ ਨੂਰ ਮਹਿਲ ਏਰੀਏ ਦਾ ਇੱਕ ਲਿਸਟਡ ਕ੍ਰਿਮੀਨਲ ਹੈ, ਇੱਕ ਦੀਪਕ ਦੀਪੂ ਹੈ ਔਰ ਇੱਕ ਨੀਰਜ ਕੁਮਾਰ ਐਲੀਅਸ ਆਸ਼ੂ। ਇਹਨਾਂ ਦੇ ਵਿੱਚੋਂ ਇੱਕ ਪਿਸਟਲ 32 ਬੋਰਡ ਔਰ ਉਹਦੇ ਨਾਲ ਕੁਛ ਕਾਰਟ੍ਰਿਜਸ ਵੀ ਰਿਕਵਰ ਹੋ ਗਏ ਨੇ, ਉਹਨਾਂ ਨੂੰ ਵੀ ਜਲਦੀ ਲੁਧਿਆਣਾ ਪੁਲਿਸ ਨੂੰ ਪ੍ਰੋਡਕਸ਼ਨ ਵਾਂਡ 'ਤੇ ਲਿਆ ਕੇ ਅਤੇ ਜਿਹੜੇ ਅਰੈਸਟ ਕੀਤੇ ਹੋਏ ਨੇ ਇਹਨਾਂ ਦਾ ਵੀ ਰਿਮਾਂਡ ਲੈ ਕੇ ਅਤੇ ਬਾਕੀ ਜੋ ਫਰਾਰ ਦੋਸ਼ੀ ਉਹਨਾਂ ਦੀ ਵੀ ਜਲਦੀ ਗ੍ਰਿਫਤਾਰੀ ਕੀਤੀ ਜਾਏਗੀ ਔਰ ਸਾਰੀ ਲੁੱਟੀ ਹੋਈ ਰਕਮ ਵੀ ਬਰਾਮਦ ਕਰਵਾਈ ਜਾਏਗੀ। ਮੇਰਾ ਨਾਮ ਵਿਵੇਕ ਕੁਮਾਰ ਉਫ ਝਾਂਗੀ, ਮੈਂ ਪੈਸਿਆਂ ਦੇ ਲਾਲਚ ਵਿੱਚ ਆ ਕੇ ਆਸ਼ੂ ਨੂੰ ਜੂਏ ਦੀ ਲੋਕੇਸ਼ਨ ਦਿਖਾਈ, ਉਹਨਾਂ ਨੇ ਜੋ ਮੈਨੂੰ ਪੈਸੇ ਕਹੇ ਸੀ ਪਰ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਨਹੀਂ, 25,000 ਰੁਪਏ ਦਿੱਤਾ, 15,000 ਵਿੱਚੋਂ ਖਿੱਚ ਲਿਆ, 10,000 ਫੜਿਆ ਗਿਆ, ਮੇਰੇ ਕੋਲ ਪੈਸਿਆਂ ਦੇ ਲਾਲਚ ਵਿੱਚ ਆ ਕੇ ਗਲਤੀ ਹੋ ਗਈ, ਜਿਹੜਾ ਮੈਂ ਉਹਨਾਂ ਨੂੰ ਜਗ੍ਹਾ ਦਿਖਾ ਰਿਹਾ ਮੈਨੂੰ ਮਾਫ਼ ਕੀਤਾ ਜਾਵੇ। ਮੇਰਾ ਨਾਮ ਸਾਹਿਲ ਸਨੋਫ ਅਸ਼ੋਕ ਕੁਮਾਰ ਹੈ, ਮੈਂ ਆਸ਼ੂ ਦੇ ਕਹਿਣ 'ਤੇ ਪੈਸਿਆਂ ਦੇ ਲਾਲਚ ਵਿੱਚ ਆ ਕੇ ਜੂਆ ਲੁੱਟਿਆ ਸੀਗਾ ਅਤੇ ਮੈਨੂੰ 50,000 ਰੁਪਏ ਦਿੱਤਾ ਗਿਆ ਸੀ, ਮੇਰੇ ਕੋਲ ਬਹੁਤ ਵੱਡੀ ਗਲਤੀ ਹੋ ਗਈ, ਪਲੀਜ਼ ਮੈਨੂੰ ਮਾਫ਼ ਕੀਤਾ ਜਾਵੇ।